We got a very good opportunity to sing the praise of our Master. All our Veda Shastras, the holy scriptures, are full with the praises of the Master. When we read the holy scriptures, we read the stories of the love between the disciple and the Master. Those disciples who are awakened, they also, the love for their Master is also created within them. Aye Mahatma Di, ਬਹੁਤ ਉੱਚੇ ਭਾਗਾਂ ਵਾਲੇ ਜੀਵ ਹੁੰਦੇ ਹੈ ਜਿਹੜੇ ਕਦਰ ਕਰਦੇ ਹੈ ਉਹਨਾਂ ਦੇ ਸੰਪਰਕ ਵਿੱਚ ਜਾਂਦੇ ਹੈ ਉਹੀ ਆਪਦਾ ਜੀਵਨ ਸੁਧਾਰ ਲੈਂਦੇ ਹੈ ਉਹੀ 84 ਦੇ ਗੇੜ ਤੋਂ ਬਚ ਜਾਂਦੇ ਹੈ ਦੋ ਸੋਲਸ ਆਰ ਵੈਰੀ ਆਰ ਆਫ ਹਾਈ ਫੋਰਚੂਨ ਆਰ ਵੈਰੀ ਫੋਰਚੂਨੇਟ ਵਨ ਦੋਜ਼ ਹੂ ਐਪਰੀਸ਼ੀਏਟ ਦ ਮਾਸਟਰਸ ਵੈਨ ਦੇ ਕਮ ਇਨ ਦਿਸ ਵਰਲਡ ਦੋਜ਼ ਹੂ ਇੰਪਰੂਵ ਦੇਅਰ ਲਾਈਵਸ ਦੋਜ਼ ਹੂ ਕੱਟ ਦ ਸਾਈਕਲ ਆਫ 84 ਲੈਕਸ ਬਰਥਸ ਐਂਡ ਡੈਥਸ They are the most fortunate ones in this world. ਇਹ ਸਭ ਉਸ ਪਰਮਾਤਮਾ ਦੀ ਹੀ ਦਇਆ ਹੈ ਕਿਹਦਾ ਜੀ ਨਹੀਂ ਕਰਦਾ ਕਿ ਮੈਂ ਪਰਮਾਤਮਾ ਨੂੰ ਮਿਲਾਂ ਮੈਂ ਗੁਰੂ ਪਿਆਰ ਨੂੰ ਪ੍ਰਗਟ ਕਰਾਂ ਜਾਂ ਮੈਂ ਭਗਤੀ ਕਰਾਂ ਮੈਂ ਬਿਹਤਰ ਬਣਾ ਨਹੀਂ ਇਹ ਸਾਡੇ ਕਰਮਾਂ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਹੜਾ ਰਸਤਾ ਅਖਤਿਆਰ ਕਰਨਾ ਹੈ ਕਿਸੇ ਦਾ ਦਿਲ ਨਹੀਂ ਕਰਦਾ ਕਿ ਮੈਂ ਚੋਰ ਬਣਾ ਠੱਗ ਬਣਾ ਜਾਂ ਮੈਂ ਕਿਸੇ ਦੀ ਨਿੰਦਿਆ ਕਰਾਂ ਲੇਕਿਨ ਇਹ ਵੀ ਸਾਡੇ ਪਿਛਲੇ ਕਰਮਾਂ 'ਤੇ ਹੀ ਨਿਰਭਰ ਕਰਦਾ ਹੈ ਜਨਮਾਂ ਜਨਮਾਤਰਾਂ ਦੇ ਸਾਡੇ ਅੱਛੇ ਕਰਮ ਹੁੰਦੇ ਹੈ ਤਦ ਹੀ ਅਸੀਂ ਮਹਾਤਮਾ ਦੀ ਸੰਗਤ ਔਰ ਸੋਭਤ ਦੇ ਵਿੱਚ ਆਉਂਦੇ ਹਾਂ ਉਦੋਂ ਅੱਛੇ ਕਰਮ ਹੁੰਦੇ ਹੈ ਅਸੀਂ ਉਹਨਾਂ ਤੋਂ ਨਾਮ ਪ੍ਰਾਪਤ ਕਰਦੇ ਹਾਂ ਉਦੋਂ ਵੀ ਸਾਡੇ ਅੱਛੇ ਕਰਮ ਹੁੰਦੇ ਹੈ ਤਾਂ ਅਸੀਂ ਸ਼ਬਦ ਨਾਮ ਦੀ ਕਮਾਈ ਕਰਦੇ ਹਾਂ ਆਪਦੇ ਅੰਦਰ ਗੁਰੂ ਸਰੂਪ ਨੂੰ ਟਿਕਣ ਦਾ ਮੌਕਾ ਦਿੰਦੇ ਹਾਂ ਇਟ ਇਜ਼ ਆਲ ਡਿਊ ਟੂ ਦ ਗ੍ਰੇਸ ਆਫ ਗੋਡ ਆਲ ਮਾਈਟੀ ਦੈਟ ਵੀ ਕਮ ਟੂ ਦ ਪਾਥ ਐਂਡ ਡੂ ਦ ਡਿਵੋਸ਼ਨ ਆਫ ਲਾਰਡ ਅਦਰਵਾਈਜ਼ ਯੂ ਨੋ ਦੈਟ ਹੂ ਵੁੱਡ ਨਾਟ ਵਾਂਟ ਟੂ ਡੂ ਦ ਡਿਵੋਸ਼ਨ ਆਫ ਲਾਰਡ ਹੂ ਵੁੱਡ ਨਾਟ ਵਾਂਟ ਟੂ ਇੰਪਰੂਵ ਹਿਸ ਲਾਈਫ ਐਂਡ ਹੂ ਵੁੱਡ ਨਾਟ ਵਾਂਟ ਟੂ ਕੱਟ ਦ ਸਾਈਕਲ ਆਫ 84 ਲੈਕਸ ਬਰਥਸ ਐਂਡ ਡੈਥਸ ਬਟ ਵੀ ਕੈਨੋਟ ਡੂ ਐਨੀਥਿੰਗ ਓਨਲੀ ਬਾਈ ਅਵਰ ਐਫਰਟਸ ਇਫ ਇਟ ਇਜ਼ ਰਿਟਨ ਇਨ ਅਵਰ ਫੇਟ If we have done good karmas in the past, only then we are blessed with all this opportunity and only then we are able to do the devotion of Lord. Nobody in this world wants to become a thief. Nobody in this world wants to wander here and there. But nothing is in our hands. It is all written in our fate. And unless God Almighty showers grace on us, we cannot do the devotion of Lord. When, if we have done the good karmas in our past births, when all those good karmas are collected and when we get the benefit, when we get the benefit of all those good karmas, only then we come to the perfect master, we get the naam initiation from him, and only then we get the opportunity of doing his devotion. Guru Nanak nu guru da ishq lag gaya, pyar ja gaya, unne bahut dur darade yatra karke guru da pyar lokan de vich vantya. The love for God Almighty was created within Guru Nanak. He manifested that love within him. He traveled far and near and he distributed that love of God to all the people. ਇਹੀ ਇਸ਼ਕ ਜਦ ਸਵਾਮੀ ਜੀ ਦੇ ਅੰਦਰ ਪੈਦਾ ਹੋਇਆ ਉਹਨਾਂ ਨੇ ਵੀ ਆਪਣੇ ਗੁਰੂ ਨੂੰ ਦੁਨੀਆ ਦੇ ਅੰਦਰ ਗਾਇਆ ਔਰ ਗੁਰੂ ਮਿਲਣ ਦੇ ਫਾਇਦੇ ਦੱਸੇ ਕਿ ਗੁਰੂ ਮਿਲਣ ਦੇ ਕੀ ਫਾਇਦੇ ਹਨ ਨਾਮ ਦੇ ਕੀ ਫਾਇਦੇ ਹਨ ਸਤਸੰਗ ਕਿਉਂ ਜ਼ਰੂਰੀ ਹੈ When the same love was created within Swami Ji Maharaj, he also sang the praises of his master. He also told the people the advantages, the benefits of getting the naam. He told the people that what is the use of doing the satsang, what is the use of doing the devotion of the master. ਇਸੇ ਤਰ੍ਹਾਂ ਜਦ ਮਹਾਰਾਜ ਸਾਵਣ ਨੂੰ ਆਪਦੇ ਗੁਰੂ ਦਾ ਇਸ਼ਕ ਪਿਆਰ ਲੱਗਿਆ
ਉਹਨਾਂ ਨੇ 45 ਸਾਲ ਕੋਨੇ ਕੋਨੇ ਦੇ ਅੰਦਰ ਹਿੰਦੁਸਤਾਨ ਦੇ ਉਸ ਗੁਰੂ ਨੂੰ ਗਾਇਆ ਔਰ ਦੱਸਿਆ ਕਿ ਕਿਸ ਤਰ੍ਹਾਂ ਗੁਰੂ ਮਿਲੇ ਤੋਂ ਜ਼ਿੰਦਗੀ ਦਾ ਪਾਸਾ ਪਲਟ ਜਾਂਦਾ ਹੈ, ਕਿਸ ਤਰ੍ਹਾਂ ਅਸੀਂ ਨਾਮ ਦੀ ਤਰਫੋਂ ਜਾਗ ਪੈਂਦੇ ਹਾਂ, ਦੁਨੀਆਂ ਦੀ ਤਰਫੋਂ ਸੌਂ ਜਾਂਦੇ ਹਾਂ। ਇਨ ਦ ਸੇਮ ਵੇ ਵੈਨ ਦ ਸੇਮ ਲਵ ਵਾਸ ਕ੍ਰੀਏਟਿਡ ਵਿਦ ਇਨ ਬਾਬਾ ਸਾਵਨ ਸਿੰਘ ਜੀ ਮਹਾਰਾਜ, ਫਾਰ 45 ਇਅਰਸ ਆਫ ਹਿਸ ਲਾਈਫ ਹੀ ਵੈਂਟ ਟੂ ਮੈਨੀ ਡਿਫਰੈਂਟ ਪਲੇਸਿਸ ਇਨ ਐਵਰੀ ਕਾਰਨਰ ਆਫ ਇੰਡੀਆ ਐਂਡ ਹੀ ਸੈਂਗ ਦ ਲਵ ਆਫ ਦ ਮਾਸਟਰ, ਹੀ ਸੈਂਗ ਦ ਪ੍ਰੇਜ਼ਸ ਆਫ ਹਿਸ ਮਾਸਟਰ। ਹੀ ਟੋਲਡ ਪੀਪਲ ਦੈਟ ਹਾਓ ਵੀ ਕੈਨ ਚੇਂਜ ਅਵਰ ਲਾਈਫ ਬਾਈ ਮੀਟਿੰਗ ਦ ਮਾਸਟਰ ਐਂਡ ਹੀ ਟੋਲਡ ਦ ਬੈਨੀਫਿਟਸ ਆਫ ਦ ਨਾਮ ਐਂਡ ਦ ਮਾਸਟਰਸ ਟੂ ਦ ਪੀਪਲ। ਇਸੇ ਤਰ੍ਹਾਂ ਜਦ ਮਹਾਰਾਜ ਕਿਰਪਾਲ ਦੇ ਅੰਦਰ ਸਾਵਣ ਦਾ ਪਿਆਰ ਪ੍ਰਗਟ ਹੋ ਗਿਆ, ਪਤਾ ਲੱਗਿਆ ਕਿ ਇਹ ਕੁੱਲ ਮਾਲਕ ਕਿਸ ਤਰ੍ਹਾਂ ਚੋਲਾ ਬਿਠਾ ਕੇ ਇਸ ਸੰਸਾਰ ਵਿੱਚ ਆਇਆ ਹੈ ਔਰ ਕਿਤਨੇ ਅਭਾਗੇ ਜੀਵ ਹਨ ਜਿਹੜੇ ਇਸ ਤੋਂ ਫਾਇਦਾ ਨਹੀਂ ਉਠਾ ਰਹੇ ਗੇ, ਉਹਨਾਂ ਨੇ ਬਾਹਰ ਪੱਛਮ ਦੇ ਅੰਦਰ ਕੀ ਹਿੰਦੁਸਤਾਨ ਦੇ ਅੰਦਰ ਕੀ ਹਰ ਜਗ੍ਹਾ ਹੀ ਉਸ ਗੁਰੂ ਦੇ ਪਿਆਰ ਦੀਆਂ ਕਹਾਣੀਆਂ ਸੁਣਾਈਆਂ। In the same way, when this love was created within Master Kripal and when he came to realize that God Almighty himself has taken the human form and he has come in this world, but when he saw that people were not taking advantage of him, he felt sorry for them, and only because to sing the praises of his master, he went to far places, he went to so many places abroad, and he told the stories of the master's love to them. Dakhan Bharat de andar ਕੋਈ ਮਹਾਰਾਜ ਸਾਵਣ ਦੀ, ਬਾਬਾ ਜੈਮਲ ਸਿੰਘ ਦੀ, ਗੁਰੂ ਨਾਨਕ ਦੀ ਕੋਈ ਭਾਸ਼ਾ ਨੂੰ ਸਮਝਦਾ ਨਹੀਂ ਸੀ। ਜਦ ਬਾਬਾ ਸੋਮਨਾਥ ਦੇ ਦਿਲ ਅੰਦਰ ਸਾਵਣ ਦਾ ਪਿਆਰ ਜਾਗਿਆ, ਉਹਨਾਂ ਨੇ ਕਿਸ ਤਰ੍ਹਾਂ ਇਸ ਇਲਾਕੇ ਦੇ ਅੰਦਰ ਜਿੱਥੇ ਕਿ ਬਾਰਿਸ਼ ਦੀ ਵੀ ਕਮੀ ਰਹਿੰਦੀ ਹੈ, ਗੁਰੂ ਪਿਆਰ ਤਾਂ ਤੁਹਾਨੂੰ ਪਤਾ ਹੀ ਹੈ, ਜਦ ਧਰਤੀ ਖੁਸ਼ਕ ਹੈ ਗੁਰੂ ਪਿਆਰ ਦੇ ਨਾਲ ਹਿਰਦੇ ਵੀ ਖੁਸ਼ਕ ਸਨ, ਲੇਕਿਨ ਉਸ ਮਾਲਕ ਦੇ ਪਿਆਰੇ ਨੇ ਕਿਸ ਤਰ੍ਹਾਂ ਇਸ ਧਰਤੀ ਦੇ ਅੰਦਰ ਬੈਠ ਕੇ ਸਾਵਣ ਦਾ ਪਿਆਰ ਲੋਕਾਂ ਦੇ ਅੰਦਰ ਜਗਾਇਆ। ਇਨ ਦਾ ਸਦਰਨ ਪਾਰਟ ਆਫ ਇੰਡੀਆ ਨੋ ਵਨ ਨਿਊ ਦਾ ਲੈਂਗੁਏਜ ਆਫ ਗੁਰੂ ਨਾਨਕ, ਬਾਬਾ ਸਾਵਣ ਸਿੰਘ ਐਂਡ ਬਾਬਾ ਜੈਮਲ ਸਿੰਘ, ਬਟ ਵੈਨ ਦਾ ਲਵ ਫਾਰ ਦਾ ਮਾਸਟਰ ਵਾਸ ਕ੍ਰੀਏਟਿਡ ਵਿਦ ਇਨ ਬਾਬਾ ਸੋਮਨਾਥ ਜੀ, ਹੀ ਕੇਮ ਟੂ ਦਿਸ ਪਲੇਸ ਐਂਡ ਯੂ ਨੋ ਦੈਟ ਦਿਸ ਏਰੀਆ ਡਸ ਨਾਟ ਈਵਨ ਗੈਟ ਇਨਫ ਰੇਨ, ਐਂਡ ਐਸ ਦਾ ਅਰਥ ਬਿਕਮਸ ਡਰਾਈ ਬਿਕੋਜ਼ ਆਫ ਲੈਸ ਰੇਨ, ਇਨ ਦਾ ਸੇਮ ਵੇ ਦਾ ਹਾਰਟਸ ਆਲਸੋ ਡਰਾਈ if they do not get the love of God. So how Baba Somnath ji sitting in this area showered the love of the master, and how he made the hearts of the people green and alive by giving them the love of the master. Premi bhajan bolde san ke guru de pyar di kahani dassi nahi ja sakdi, jawan bayan nahi kar sakdi. Sahjo bhai ne kiha si agar sari tarti ਦਾ ਮੈਂ ਕਾਗਜ਼ ਬਣਾ ਲਾਂ, ਸਾਰੇ ਸਮੁੰਦਰਾਂ ਦੀ ਸ਼ਾਹੀ ਬਣਾ ਲਵਾਂ, ਜੇ ਮੈਂ ਆਪਦੇ ਗੁਰੂ ਦੀ ਵਡਿਆਈ, ਗੁਰੂ ਦਾ ਜਸ਼, ਗੁਰੂ ਦਾ ਪਿਆਰ ਲੋਕਾਂ ਨੂੰ ਦੱਸਣ ਲੱਗਾ ਤਾਂ ਦੱਸ ਨਹੀਂ ਸਕਦੀ ਵੀ। ਡੀਅਰ ਵੰਸ ਵਾਰ ਸਿੰਗਿੰਗ ਦਾ ਭਜਨ ਦੈਟ ਨੋ ਵਨ ਕੈਨ ਨੈਰੇਟ ਦ ਸਟੋਰੀ ਆਫ ਦ ਲਵ ਆਫ ਦ ਮਾਸਟਰ ਕੰਪਲੀਟਲੀ, ਸਹਿਜੋ ਬਾਈ ਆਲਸੋ ਸੇਜ਼ ਦੈਟ ਈਵਨ ਇਫ ਆਈ ਮੇਕ ਦ ਹੋਲ ਵਰਲਡ ਹੋਲ ਅਰਥ ਐਜ਼ ਦ ਪੇਪਰ, and even if I use the water of all the seven oceans and make the ink of that, and even if I use all the vegetation and make the pen from that, but still if I wanted to praise the master completely, I would not be able to do that. Guru da pyar bazaaran ch nahi vikda ga, khetan ch ugda nahi ga, aur ida assi kise vi tarah ਪੈਸਾ ਤਾਰ ਕੇ ਬਿਜ਼ਨਸ ਨਹੀਂ ਕਰ ਸਕਦੇ ਗੇ, ਇਹ ਸਿਰਫ ਹਿਰਦੇ ਚੋਂ ਹੀ ਪੈਦਾ ਕੀਤਾ ਜਾਂਦਾ ਹੈ, ਗੁਰੂ ਦੀ ਹੀ ਦੇਣ ਹੁੰਦੀ ਹੈ। The love of the master does not sell in any marketplace, it is not grown in any field. We cannot do the business of the love of the master by any negotiation or by giving any amount of money. This is something which is created from our within. In fact, this is the grace, the gift of the master. ਇਹ ਉਸੇ ਦੀ ਹੀ ਦਿਆ ਸੀ, ਆਪਾਂ ਕਈ ਰੋਜ਼ ਇੱਥੇ ਬੈਠ ਕੇ ਉਸਦਾ ਜਸ਼ ਕਰਦੇ ਰਹੇ ਹਾਂ, ਅਗਰ ਉਹ ਸਾਡੇ 'ਤੇ ਦਿਆ ਨਾ ਕਰਦਾ ਅਸੀਂ ਕਿਸ ਤਰ੍ਹਾਂ ਜਸ ਕਰ ਸਕਦੇ ਹਾਂ। ਗੁਰੂ ਨਾਨਕ ਨੇ ਕਿਹਾ ਭਾਗਹੀਣ ਗੁਰੂ ਨਾ ਮਿਲੇ ਨਿਗਟ ਬੈਠਿਆ ਨਿਤ ਪਾਸ, ਅਗਰ ਭਾਗਾਂ ਦੇ ਵਿੱਚ ਨਾ ਹੀ ਹੋਊਗਾ, ਉਹ ਕਹਿਣ ਲੱਗੇ ਭਾਵੇਂ ਗੁਰੂ ਘਰ ਦੇ ਵਿੱਚ ਆ ਜਾਏ ਚੱਲ ਕੇ, ਭਾਵੇਂ ਕੋਲ ਹੀ ਬੈਠੇ ਰਹੀਏ, ਅਤਵਾਰ ਹੀ ਨਹੀਂ ਆਉਂਦਾ ਗਾ, ਸਮਝ ਹੀ ਨਹੀਂ ਆਉਂਦੀ ਗੀ ਕਿ ਗੁਰੂ ਕੀ ਚੀਜ਼ ਹੈ।
it was his grace only that for the past so many days we were able to sing his praises, we were able to sing his glory. If he had not showered grace on us, then we would have not been able to get this opportunity. We would have not been able to sing his glory and praises. Guru Nanak Sahib says that the unfortunate one does not get the master even if the master is sitting right next to him. If it is not written in our fate to meet the master, no matter if the master is living right next to us, but still we will never understand him, we will never think about him, and we will never take any advantage of him. Oh, right.